हाय एवरीवन आज मैं ਤੁਹਾਨੂੰ ਦੱਸਣਾ ਸੀਗਾ ਜਿਹੜਾ ਗੁੱਡ ਫੈਟ ਹੈ ਔਰ ਫੈਟ ਹੈ ਉਹਦੇ ਵਿੱਚ ਕੀ ਫਰਕ ਹੈ ਕਾਫੀ ਲੋਕਾਂ ਨੂੰ ਲੱਗਦਾ ਕਿ ਜਦੋਂ ਅਸੀਂ ਫੈਟ ਖਾਣਾ ਤਾਂ ਫੈਟ ਦਾ ਮਤਲਬ ਇਹ ਹੈ ਕਿ ਆਪਾਂ ਦੁੱਧ ਪੀਣਾ ਹੈ ਘਿਓ ਖਾਣਾ ਤੇਲ ਖਾਣਾ ਔਰ ਉਹਦੇ ਨਾਲ ਸਾਡਾ ਕੀ ਹੈ ਕਿ ਬਾਡੀ ਦੇ ਵਿੱਚ ਕੋਲੇਸਟ੍ਰੋਲ ਵੱਜ ਜਾਊਗਾ ਪਰ ਇਸ ਚੀਜ਼ ਨੂੰ ਸਮਝੋ ਕਿ ਸਾਰੇ ਜਾਣੇ ਅਗਰ ਕਹਿ ਰਿਹਾ ਤਾਂ ਉਹਦੇ ਵਿੱਚ ਕੀ ਸਾਇੰਸ ਕੀ ਹੈ ਗੁੱਡ ਫੈਟ ਦਾ ਮਤਲਬ ਹੈ ਤੁਸੀਂ ਐਲਮੰਡ ਖਾਣੇ ਵੌਲਨਟਸ ਖਾਣੇ ਦੇਸੀ ਘਿਓ ਖਾਣਾ 올ੀਵ ਆਇਲ ਖਾਣਾ ਇਦੇ ਨਾਲ ਕੀ ਹੈ ਕਿ ਤੁਹਾਡਾ HDL ਲੈਵਲ ਵੱਧ ਹੈ। ਜਦੋਂ HDL ਬੋਡੀ ਦੇ ਵਿੱਚ ਵੱਧ ਹੈ ਤਾਂ ਜਿਹੜੀਆਂ ਸਾਡੀਆਂ ਵੇਨਸ ਹੁੰਦੀਆਂ ਜਿਹੜੀਆਂ ਬਲੱਡ ਨੂੰ ਲੈ ਕੇ ਜਾਂਦੀਆਂ HDL ਉਹਨਾਂ ਨੂੰ ਖੋਲ ਦਿੰਦਾ ਤਾਂ ਜੋ ਬਲੱਡ ਦਾ ਫਲੋ ਈਜ਼ੀਲੀ ਜਾਵੇ। ਔਰ LDL ਨੂੰ ਘੱਟ ਕਰਦਾ। ਪ੍ਰੋਸੈਸਡ ਫੂਡ ਆ ਉਹਦੇ ਵਿੱਚ ਮੈਕਸਿਮਮ LDL LDL ਹੁੰਦਾ। ਔਰ LDL ਕੀ ਕਰਦਾ ਸਾਡੀਆਂ ਜਿਹੜੀਆਂ ਨਸਾਂ ਹੁੰਦੀਆਂ ਉਹਨਾਂ ਨੂੰ ਸੰਗੋੜ ਦਿੰਦਾ। ਔਰ ਉਹਦੇ ਨਾਲ ਕੀ ਹੁੰਦਾ ਸਾਡਾ ਜਿਹੜਾ ਬਲੱਡ ਹੈ ਉਹ ਥਿੱਕ ਹੋ ਜਾਂਦਾ ਹੈ। ਔਰ ਉਹਦੇ ਵਿੱਚ ਉਹ ਨੰਗਣਾ ਮੁਸ਼ਕਿਲ ਹੋ ਜਾਂਦਾ ਜਿਸ ਨਾਲ ਅਟੈਕ ਹੋਣ ਦੇ ਚਾਂਸਸ ਬਣੇ ਰਹਿੰਦੇ ਆ। ਔਰ ਇਹ ਜ਼ਿਆਦਾਤਰ ਕੀ ਹੈ ਕਿ ਜਿਹੜੇ ਪ੍ਰੋਸੈਸਡ ਫੂਡ ਹੋਗੇ ਡੀਪ ਫਰਾਈਡ ਫੂਡ ਹੋਗੇ KFC ਹੈ, McD ਹੈ ਜਿੰਨ ਜਿਹੜੇ ਸਾਨੂੰ ਬਾਹਰ ਆਲੂ ਟਿੱਕੀ ਹੋਗੀ ਜਿਹੜੇ ਕ੍ਰਿਸਪੀ ਲੱਗਦੇ ਆ ਕਿ ਬੜਾ ਸੁਆਸ ਸੀਗਾ ਇਹ ਉਹਨਾਂ 'ਚ ਹੁੰਦੇ ਆ ਜ਼ਿਆਦਾਤਰ ਬੈਡ ਫੈਟ ਜਿਹਨੂੰ ਬੋਲਿਆ ਜਾਂਦਾ। ਔਰ ਬਾਡੀ ਦੇ ਵਿੱਚ LDL ਦਾ ਕੀ ਹੈ ਕਿ ਬਾਡੀ ਦੇ ਵਿੱਚ ਅੰਦਰੋਂ ਇਨਫਲੇਮੇਸ਼ਨ ਹੋ ਜਾਂਦੀ ਹੈ। ਇਨਫਲੇਮੇਸ਼ਨ ਮਤਲਬ ਦਾ ਮਤਲਬ ਹੈ ਕਿ ਜਿਹੜੀ ਅੰਦਰੋਂ ਸਾਡੀਆਂ ਚੀਜ਼ਾਂ ਨੂੰ ਨਸਾਂ ਨੂੰ ਸਾਡੀਆਂ ਵੇਨਸ ਨੂੰ ਸੋਜ ਹੋ ਜਾਂਦੀ ਹੈ। ਔਰ ਉਹ ਕੀ ਇਹੀ ਕਾਰਨ ਬਣਦਾ ਹੈ ਕਿ ਸਾਡਾ ਜਿਹੜਾ ਕੋਲੇਸਟ੍ਰੋਲ ਵੱਧਦਾ ਹੈ ਅਗਰ ਤੁਸੀਂ ਬਿਲਕੁਲ ਸਹੀ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਦੇ ਵਿੱਚ ਗਾਂ ਦਾ ਦੇਸੀ ਗਾਂ ਦਾ ਧੋਖਾ ਖਾਓ ਜਿਵੇਂ A2 ਬਿਲੋਂਨਾ ਕਿਉ ਹੈ ਦੇਸੀ ਗਾਂ ਦਾ ਅਗਰ ਤੁਸੀਂ ਦੁੱਧ ਉਹਦੇ ਉੱਪਰ ਮਲਾਈ ਲਾ ਕੇ ਪੀਨੇ ਹੋ ਤਾਂ ਉਹ ਬਹੁਤ ਜ਼ਿਆਦਾ ਬੈਸਟ ਹੈ ਦਹੀਂ ਖਾਣੇ ਹੋ ਉਹ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਬੈਸਟ ਹੈ ਐਲਮੰਟ ਖਾਓ ਵਾਲਨਟਸ ਖਾਓ ਇਹ ਚੀਜ਼ਾਂ ਇਹਦੇ ਨਾਲ ਕੀ ਹੈ ਤੁਸੀਂ ਇਸ ਚੀਜ਼ ਨੂੰ ਸਮਝੋ ਅਗਰ ਤੁਹਾਡਾ LDL ਉੱਪਰ ਜਾਊਗਾ ਤੁਹਾਡੇ ਵਾਸਤੇ ਪ੍ਰੋਬਲਮ ਹੈ। ਔਰ ਅਗਰ HDL ਉੱਪਰ ਜਾਊਗਾ ਤਾਂ ਤੁਹਾਡੀ ਬੋਡੀ ਓਨੀ ਹੈਲਦੀ ਹੈ। ਇਸ ਮੇਰੀ ਛੋਟੀ ਜਿਹੀ ਵੀਡੀਓ ਵਧੀਆ ਲੱਗੇ ਸ਼ੇਅਰ ਕਰਿਓ। ਥੈਂਕ ਯੂ ਸੋ ਮਚ।